ਅਸਲਾਮੁਅਲੈਕਮ ਦੋਸਤੋ ਪਾਕ ਪੰਜਾਬ ਟੀਵੀ ਦੇ ਨਾਲ ਮੈਂ ਤੁਹਾਡਾ ਦੋਸਤ ਅਬਦਲ ਵਾਹਿਦ ਦੋਸਤੋ ਮਾਸ਼ਾਅੱਲਾ ਰੋਜ਼ਾਨਾ ਦੀ ਨਿਸਬਤ ਅੱਜ ਫਿਰ ਮੈਂ ਤੁਹਾਡੇ ਵਾਸਤੇ ਬਹੁਤ ਅੱਛੀ ਤੇ ਬਹੁਤ ਬਿਹਤਰੀਨ ਇਹ ਪੱਕੇ ਵਟ ਦੀ 50 ਏਕੜ ਯਾਨੀ ਕਿ 2 ਮਰਬੇ ਜ਼ਰਈ ਜ਼ਮੀਨ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਇਨਸ਼ਾਅੱਲਾ ਉਮੀਦ ਹੈ ਕਿ ਪਰਾਵਾਂ ਨੂੰ ਇਹ ਜ਼ਮੀਨ ਬੜੀ ਪਸੰਦ ਆਵੇਗੀ ਦੋਸਤੋ ਇਹ ਆਪਣੇ ਕੋਲ ਇੱਕ ਨੰਬਰ ਜ਼ਰੀ ਜ਼ਮੀਨ ਹੈ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹੁੰਦੇ ਹਾਂ ਫੰਨੇ ਖਾ ਜ਼ਮੀਨ ਦੋਸਤੋ ਇਹ ਆਪਣੇ ਕੋਲ ਫੰਨੇ ਖਾ ਜ਼ਮੀਨ ਜੇ ਸਭ ਤੋਂ ਪਹਿਲੇ ਆਪਾਂ ਦੋਸਤਾਂ ਨੂੰ ਦੱਸਾਂਗੇ ਇਸ ਜ਼ਮੀਨ ਦੀ ਲੋਕੇਸ਼ਨ ਦੇ ਬਾਰੇ ਚ ਕਿ ਆਪਾਂ ਇਸ ਟਾਈਮ ਕਿਹੜੀ ਜਗ੍ਹਾ ਤੇ ਗਿੱਤੇ ਖੜੇ ਆ ਐ ਵੇਖੋ ਦੋਸਤੋ ਕਿ ਆਪਣੀ ਜ਼ਮੀਨ ਪਿੰਡ ਦੀ ਨਹੀਂ ਜੇ ਜਿਹੜਾ ਡੇਰਾ ਹੈਗਾ ਇਹਨਾਂ ਦਾ ਹੈ ਆਪਾਂ ਚ ਇਹਨਾਂ ਦੀ ਜ਼ਮੀਨ ਦੀ ਵੀਡੀਓ ਪਾਈ ਜਾਂਦੇ ਆ ਆ ਵੇਖੋ ਇਹ ਸਾਹਮਣੇ ਸਰਕਾਰੀ ਇਮਾਰਤ ਹੈ ਜੀ ਕਿ ਪਿੰਡ ਦੇ ਬਿਲਕੁਲ ਨਾਲ ਇਸ ਤੋਂ ਪਹਿਲੀ ਸਾਈਡ ਤੇ ਇਹ ਸਾਹਮਣੇ ਸਾਰੀ ਆਪਣੀ ਜ਼ਮੀਨ ਦੋਸਤੋ ਆ ਵੇਖੋ ਜਿਹੜਾ ਲਿੰਕ ਰੋਡ ਏ ਇਹ ਪੱਕਾ ਰਸਤਾ ਆਪਣੀ ਜ਼ਮੀਨ ਦੇ ਵਿੱਚੋਂ ਲੰਘਦਾ ਪਿਆ ਜੀ ਪੱਕਾ ਰਸਤਾ ਰਸਤਾ ਸਰਕਾਰੀ ਲਿੰਕ ਰੋਡ ਆਪਣੀ ਜ਼ਮੀਨ ਦੇ ਵਿੱਚੋਂ ਲੰਘਦਾ ਪਿਆ ਜੀ ਕਿ ਆਪਣੀ ਜ਼ਮੀਨ ਗਾਉਂ ਤੋਂ ਬਿਲਕੁਲ ਨਾਲ ਟੱਚ ਹੁੰਦੀ ਪਈ ਜੀ ਤੇ ਨਾਲ ਇਹਨਾਂ ਦਾ ਡੇਰਾ ਹੈਗਾ ਜਿਹੜਾ ਮੈਂ ਦੋਸਤਾਂ ਨੂੰ ਦਿਖਾ ਚੁਕਿਆ ਇਹ ਵੇਖੋ ਦੋਸਤੋ ਜ਼ਿਲ੍ਹਾ ਉਕਾੜਾ ਤਖਸੀਲ ਦੀਪਾਲਪੁਰ ਹਵੇਲੀ ਲੱਖਾ 메ਨ ਰੋਡ ਇਹ ਜ਼ਮੀਨਾਂ ਲੱਗਦਾ ਜੇ तकरीबन ਕੋਈ ਡੇਡ ਜਾਂ ਲਾਸਟ 2 ਕਿਲੋਮੀਟਰ ਸਫਰ ਤੇ ਹਵੇਲੀ ਲੱਖਾ 메ਨ ਰੋਡ ਤੇ 메ਨ ਰੋਡ ਤੋਂ ਲੈ ਕੇ ਮੁਕੇ ਤੱਕ ਆ ਰਿਹਾ ਹੈ ਕਾਰਪਟ ਰੋਡ ਯਾਨੀ ਕਿ ਵੱਡਾ ਕਾਰਪਟ ਰੋਡ ਗਾਉਂ ਤੱਕ ਆ ਰਿਹਾ ਹੈ ਤੇ ਗਾਉਂ ਦੇ ਵਿੱਚੋਂ ਨਿਕਲਦਾ ਪਿਆ ਹੈ ਲਿੰਕ ਰੋਡ ਜਿਹੜਾ ਆਪਾਂ ਦੋਸਤਾਂ ਨੂੰ ਦਿਖਾ ਰਹੇ ਆਂ ਬਕਾਇਦਾ ਆਪਾਂ ਤਸੱਲੀ ਨਾਲ ਦਿਖਾ ਦਿੰਨੇ ਆਂ ਇਹ ਸਾਹਮਣੇ ਵੇਖੋ ਇਹ ਸਰ੍ਹੋਂ ਦੀ ਬਰਸੇਮ ਦੀ ਫਸਲ ਯਾਨੀ ਕਿ گاؤں ਦੇ ਬਿਲਕੁਲ ਨਾਲ ਏ ਇੱਥੇ ਮਾਲਕ ਨੇ ਸਰ੍ਹੋਂ ਤੇ ਬਰਸੇਮ ਦੀ ਫਸਲ ਕਾਸ਼ਤ ਕੀਤੀ ਹੋਈ ਏ ਦੋਸਤੋ ਇਹ ਜ਼ਮੀਨ ਇਸ ਟਾਈਮ ਠੇਕੇ ਤੇ ਚਾੜੀ ਹੋਈ ਏ ਮਾਲਕ ਨੇ ਤੇ ਇਹਦਾ ਠੇਕਾ ਕਿ ਨਾਲ ਲੈ ਰਹੇ ਆਂ ਆਪਾਂ ਦੋਸਤਾਂ ਨੂੰ ਉਹ ਵੀ ਦੱਸਾਂਗੇ ਆ ਵੇਖੋ ਇਹ ਲਿੰਕ ਰੋਡ ਜੇ ਇਹ ਪੱਕੀ ਸੜਕ ਜੇ ਆਪਾਂ ਦੋਸਤਾਂ ਨੂੰ ਸਾਹਮਣੇ ਦਿਖਾ ਰਹੇ ਆ ਤੇ ਇਸ ਪੱਕੀ ਸੜਕ ਤੇ ਆਪਣੀ ਜ਼ਮੀਨ ਦਾ ਤਕਰੀਬਨ ਕੋਈ 6-7 ਏਕੜ ਲੱਗਦਾ ਜੇ ਫਰੰਟ ਆ ਸਾਹਮਣੇ ਇਸ ਸਾਈਡ ਤੇ ਟਰਪੈਨ ਹੈਗੀ ਜੀ ਸਾਹਮਣੇ ਆ ਵੇਖੋ ਦੋਸਤੋ ਦੋਸਤੋ ਇਹਦੇ ਵਿੱਚ ਦੋ ਟਰਪੈਨਾ ਮੌਜੂਦ ਨੇ ਮੌਕੇ ਤੇ ਬਿਜਲੀ ਮੌਜੂਦ ਹੈ ਪਰਾਵਾਂ ਦੇ ਸਾਹਮਣੇ ਦੋਸਤੋ ਇਸ ਲਿੰਕ ਰੋਡ ਤੇ ਇਹਦਾ 6-7 ਏਕੜ ਦਾ ਫਰੰਟ ਤੇ ਇਸ ਤੋਂ ਲਾਭ ਆਇੰਦਾ 6 ਸੱਤ ਏਕੜ ਦਾ ਕੱਚੇ ਰਸਤੇ ਤੋਂ ਫਰੰਟ ਵੀ ਹੈਗਾ ਜੀ ਜਦੋਂ ਆਪਾਂ ਦੋਸਤਾਂ ਨੂੰ ਮੂਵੀ ਦੇ ਅੰਦਰ ਨਹੀਂ ਦਿਖਾਇਆ ਜੇ ਸਿਹਰ ਤੇ ਟਰਪੈਨ ਹੈ ਨਾ ਉਸ ਸਿਹਰ ਤੇ ਰਸਤਾ ਕੱਚਾ ਹੈ ਸਰਕਾਰੀ ਹੈ ਤੇ ਉੱਥੇ ਵੀੰਦਾ 6-7 ਏਕੜ ਦਾ ਲੱਗਦਾ ਹੈ ਫਰੰਟ ਮਤਲਬ ਕਿ ਆਪਣੇ ਕੋਲੇ ਦੋ ਮਰਬੇ ਜ਼ਮੀਨ ਹੈ ਨਾ ਇਹ 50 ਏਕੜ ਇਹਦਾ ਤਕਰੀਬਨ ਕੋਈ 13-14 ਏਕੜ ਦਾ ਲੱਗਦਾ ਪਿਆ ਫਰੰਟ ਕੱਚੇ ਰਸਤੇ ਤੇ ਤੇ ਪੱਕੇ ਰਸਤੇ ਤੇ ਐਸ ਤੋਂ ਲਾਵਾ ਮੈਂ ਦੋਸਤਾਂ ਨੂੰ ਇੱਕ ਹੋਰ ਦੱਸ ਦਿੰਨਾ ਮੇਨ ਗੱਲ ਕਿ ਆਪਣੀ ਜ਼ਮੀਨ ਨੂੰ ਮੋਘੇ ਦਾ ਪਹਿਲਾ ਪਾਣੀ ਲੱਗਦਾ ਪਿਆ ਜੀ ਮਤਲਬ ਕਿ ਮੋਘਾ ਆਪਣੀ ਜ਼ਮੀਨ ਦੇ ਵਿੱਚੋਂ ਨਿਕਲਦਾ ਪਿਆ ਤੁਸੀਂ ਐਂ ਸਮਝ ਲਓ ਮੋਘੇ ਦਾ ਪਹਿਲਾ ਪਾਣੀ ਦੋਸਤੋ ਡਬਲ ਮੋਘੇ ਦਾ ਆਪਣੀ ਜ਼ਮੀਨ ਨੂੰ ਪਾਣੀ ਲੱਗਦਾ ਪਿਆ ਜੀ ਦੋਸਤੋ ਨਹਿਰ ਹੈਗੀ 6 ਮਾਹੀ ਨਹਿਰ ਤਾਂ ਹੈਗੀ 6 ਮਾਹੀ ਲੇਕਿਨ ਚਲਦੀ ਹੈ 8 ਮਾਹ ਮੁਕੰਮਲ ਗਾਰੰਟੀ ਨਾਲ ਤੇ ਨਹਿਰੀ ਪਾਣੀ ਇੰਨਾ ਵਾਫਰ ਹੈਗਾ ਮਲਕਾਨ ਦੇ ਕੰਦ ਮੁਤਾਬਕ ਕਿ ਪਾਣੀ ਸੇਲ ਕਰਨਾ ਪੈਂਦਾ ਹੈ ਕਿ ਜਿਹੜੇ ਨਾਲ ਦੋਸਤ ਹਨ ਨਾਲ ਵਾਲੇ گاؤں ਵਿੱਚ ਪਾਣੀ ਸੇਲ ਕਰਨਾ ਪੈਂਦਾ ਹੈ ਦੋਸਤੋ ਮਤਲਬ ਕਿ ਇਸ گاؤں ਨੂੰ ਨਹਿਰੀ ਪਾਣੀ ਵਾਫਰ ਹੈਗਾ ਇਹ ਦੋਸਤੋ ਇਹ ਜ਼ਮੀਨ ਦੀ ਵੀਡੀਓ ਮੈਂ ਪਹਿਲੇ ਵੀ ਅਪਲੋਡ ਕਰ ਚੁੱਕਿਆ ਹਾਂ ਤੁਸੀਂ ਦੋਸਤੋ ਨੇ ਸ਼ਹਿਰ ਤੇ ਜ਼ਮੀਨ ਪਹਿਚਾਨ ਲਈ ਹੋਏ ਇਸ ਵਾਸਤੇ ਮੈਂ ਗੱਲ ਕੀਤੀ ਹੈ ਨਾ ਤਸल्ली ਨਾਲ ਕਿ ਨਹਿਰੀ ਪਾਣੀ ਵਾਫਰ ਹੈਗਾ ਇਹ ਕਿ 6 ਮਹੀਨੇ ਜਾਂ 8 ਮਹੀਨੇ ਕਿੰਨੀ ਦੇਰ ਇਹ ਨਹਿਰ ਚੱਲਦੀ ਨਾ ਉਨੀ ਦੇਰ ਨਰੀ ਪਾਣੀ ਵਾਫਰ ਹੁੰਦਾ ਹੈ ਮਤਲਬ ਕਿ ਸੇਲ ਕਰਨਾ ਪੈਂਦਾ ਜ਼ਮੀਨ ਤੋਂ ਵਾਧੂ ਹੋ ਜਾਂਦਾ ਹੈ ਦੋਸਤੋ ਮਤਲਬ ਕਿ ਇਸ گاؤں ਨੂੰ ਨਰੀ ਪਾਣੀ ਵਾਫਰ ਹੈਗਾ ਜੀ ਤੇ ਬਿਲਕੁਲ ਨਾਲ-ਨਾਲ گاؤں ਵਗੇ ਨੇ ਇਸ ਇਲਾਕੇ ਚ ਇਸ ਵਾਸਤੇ ਪਾਣੀ ਸੇਲ ਹੋ ਰਿਹਾ ਹੈ ਦੋਸਤੋ ਠੇਕੇ ਦੇ ਵਿੱਚ ਆਪਣੀ ਗਰੰਟੀ ਹੋਵੇਗੀ ਕਿਉਂਕਿ ਜ਼ਮੀਨ ਇਸ ਟਾਈਮ ਚੜੀ ਹੋਈ ਠੇਕੇ ਤੇ ਤੇ ਬਕਾਦਾ ਮਾਲਕ ਨਾਲ ਤੇ ਠੇਕੇਦਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਾਂ ਵੀਡੀਓ ਅਪਲੋਡ ਕੀਤੀ ਜਾਨੇ ਆ ਤੇ ਦੋਸਤੋ ਇਹਦਾ ਠੇਕਾ ਚੱਲਦਾ ਪਿਆ ਇਹ ਫੀ ਏਕੜ ਦੇ ਹਿਸਾਬ ਨਾਲ 1 ਲੱਖ 80000 ਰੁਪਿਆ ਦੋਸਤੋ ਇੱਥੇ ਜ਼ਮੀਨਾਂ ਐਸੀਆਂ ਵੀ ਆਈ ਨੇ ਜਿੰਨਾਂ ਦਾ 2 ਲੱਖ ਰੁਪਿਆ ਠੇਕਾ ਹੈਗਾ ਇਹ ਫੀ ਏਕੜ ਦੇ ਹਿਸਾਬ ਨਾਲ ਸਾਲ ਦਾ ਲੇਕਿਨ ਇਹ ਜ਼ਮੀਨ ਠੇਕੇ ਤੇ ਚੜ ਚੁੱਕੀ ਹੈ 1 ਲੱਖ 80000 ਰੁਪਏ ਦੇ ਹਿਸਾਬ ਨਾਲ ਤੇ ਦੋਸਤੋ 1.5 ਲੱਖ ਦੀ ਆਪਾਂ ਦੋਸਤਾਂ ਨੂੰ ਗਰੰਟੀ ਦੇਾਂਗੇ ਜਿਹੜੀ ਗਰੰਟੀ ਹੈ ਨਾ ਲਿਖ ਕੇ ਕਿ ਠੇਕੇਦਾਰ ਤੁਹਾਨੂੰ ਮੌਕੇ ਤੇ ਦੇਾਂਗੇ ਆਪਣੇ ਜ਼ਰੀਏ ਉਹਨੂੰ ਵਿੱਚ 1.5 ਲੱਖ ਦੀ فی ਏਕੜ ਦੇ حساب ਨਾਲ ਠੇਕਾ ਗਰੰਟੀ ਆਪਣੀ ਹੋਵੇਗੀ ਤੇ ਬਾਕੀ ਦੋਸਤਾਂ ਨੂੰ ਇਹ ਵੀ ਗੱਲ ਕਰ ਚੁੱਕਿਆ ਕਿ 1.80 ਹਜ਼ਾਰ ਰੁਪਏ ਦੇ حساب ਨਾਲ ਜ਼ਮੀਨ ਠੇਕੇ ਤੇ ਚੜ ਚੁੱਕੀ ਹੈ ਤੇ ਸੱਜੇ ਖਬੇ 2 ਲੱਖ ਰੁਪਏ ਠੇਕਾ ਚੱਲਦਾ ਪਿਆ ਜੀ ਤੁਸੀਂ ਆਸ-ਪਾਸ ਮੌਕੇ ਤੇ ਆ ਕੇ ਮੁਕੰਮਲ ਮਾਲੂਮਾਤ حاصل ਕਰ ਸਕਦੇ ਜੀ ਤੇ ਜਿਵੇਂ ਕਿ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਆਏ ਦਿਨ ਜ਼ਮੀਨ ਦੀ ਕੀਮਤ ਵਧਦੀ ਪਈ ਹੈ ਤੇ ਜ਼ਮੀਨ ਦੇ ਠੇਕੇ ਵਧਦੇ ਪੈ ਨੇ ਦੋਸਤੋ ਇਹ ਇੱਕ ਐਸੀ ਚੀਜ਼ ਹੈ ਕਿ ਕਟ ਨਹੀਂ ਹੋ ਸਕਦੀ ਠੇਕੇ ਤੇ ਕੀਮਤ ਵਕਤ ਨਾਲ ਨਾਲ ਹਮੇਸ਼ਾ ਵਾਧੂ ਹੁੰਦੀ ਹੈ ਜ਼ਰੇਈ ਜ਼ਮੀਨ ਦੀ ਦੋਸਤੋ ਜਦੋਂ ਮੈਂ ਪਹਿਲੀ ਵੀਡੀਓ ਅਪਲੋਡ ਕੀਤੀ ਸੀ ਉਦੋਂ ਇੱਥੇ ਠੇਕਾ ਚੱਲਦਾ ਪਿਆ ਸੀ ਲੱਖ ਰੁਪਏ ਦੇ ਆਸ-ਪਾਸ ਤੇ ਹੁਣ 2 ਲੱਖ ਨੂੰ ਪਹੁੰਚ ਗਿਆ ਹੈ ਉਦੋਂ ਇਸ ਜ਼ਮੀਨ ਦੀ ਕੀਮਤ ਹੈਗੀ ਸੀ 30 ਲੱਖ ਤੋਂ ਲੈ ਕੇ 35 ਲੱਖ ਦੇ ਦਰਮਿਆਨ ਚ ਤੇ ਅੱਜ ਇਸ ਜ਼ਮੀਨ ਦੀ ਕੀਮਤ ਹੈਗੀ 40 ਲੱਖ ਰੁਪਿਆ فی ਏਕੜ ਦੇ ਹਿਸਾਬ ਨਾਲ ਤੁਸੀਂ ਮੌਕੇ ਤੇ ਆਉਂਗੇ ਤੁਹਾਨੂੰ ਹਰ ਸਹੂਲਤ ਹਰ ਚੀਜ਼ ਮੌਕੇ ਤੇ ਮਿਲੇਗੀ ਦੋਸਤੋ 40 ਲੱਖ ਰੁਪਿਆ فی ਏਕੜ ਦੇ ਹਿਸਾਬ ਨਾਲ ਇੰਦੀ ਡਿਮਾਂਡ ਦੇ ਹਲਕੀ ਫੁਲਕੀ ਕਮੀ ਪੇਸ਼ੀ ਆਪਾਂ ਕਰਵਾ ਸਕਨੇ ਆ ਦੋਸਤੋ ਕਿਉਂਕਿ ਆਪਨੇ ਗੱਲ ਡਾਇਰੈਕਟ ਮਾਲਕ ਨਾਲ ਏ ਕਿ ਮਾਲਕ ਦੇ ਜ਼ਰੀਏ ਆਪਾਂ ਇਹ ਜ਼ਮੀਨ ਦੀ ਵੀਡੀਓ ਅਪਲੋਡ ਕੀਤੀ ਜਾਂਦੀ ਆ ਤੁਸੀਂ ਮੌਕੇ ਦੇਵੋਗੇ ਤੁਹਾਡੀ ਆਪਾਂ ਮੁਲਾਕਾਤ ਕਰਾਵਾਂਗੇ ਡਾਇਰੈਕਟ ਮਾਲਕ ਨਾਲ ਜ਼ਮੀਨ ਦਾ ਸੌਦਾ ਹੁੰਦਾ ਹਮੇਸ਼ਾ ਤੋਂ ਮਾਲਕ ਦੇ ਨਾਲ ਅਮਨੇ ਸਾਹਮਨੇ ਬੈਠ ਕੇ ਇੰਦੇ ਵਿੱਚ ਕੋਈ ਓਲਾ ਨਹੀਂ ਹੁੰਦਾ ਸਭ ਨੂੰ ਸਕਰੀਨ ਤੇ ਦੋਸਤਾਂ ਨੂੰ ਕਾਲ ਐਂਡ WhatsApp ਨੰਬਰ ਮਿਲ ਗਏ ਹੋਣਗੇ ਇਹ ਨੰਬਰ ਉੱਪਰ ਵਾਲਾ ਇਹ ਭਾਈ ਤਫੀਲ ਸਾਹਿਬ ਦਾ ਤੇ ਇਹ ਵੀ ਆਪਣੇ ਨਾਲ ਹੀ ਹੁੰਦੇ ਨੇ ਤੇ ਨੰਬਰ نیچے ਵਾਲਾ ਦੋਸਤ ਮੇਰਾ ਹੈਗਾ ਜੀ ਤੁਸੀਂ ਦੋਵਾਂ ਨੰਬਰਾਂ ਤੇ ਕਾਲ ਵੀ ਕਰ ਸਕਦੇ ਜੀ WhatsApp ਤੇ ਮੈਸੇਜ ਵੀ ਕਰ ਸਕਦੇ ਜੀ ਇਸ ਤੋਂ ਇਲਾਵਾ ਦੋਸਤੋ ਆਪਣੇ WhatsApp ਨੰਬਰ ਐਂਡ ਕਾਲ ਨੰਬਰ ਹਰ ਮੂਵੀ ਦੀ ਡਿਸਕ੍ਰਿਪਸ਼ਨ ਵਿੱਚ ਵੀ ਲੱਗੇ ਹੁੰਦੇ ਨੇ ਤੇ ਆਪਣਾ ਆਫਿਸ ਹੈ ਆਪਣਾ ਦਫਤਰ ਹੈ ਇਹ ਮੇਰੇ ਦੋਸਤੋ ਨੂੰ ਪਤਾ ਹੈ ਕਿ ਆਰਫ ਵਾਲਾ ਸ਼ੇਰ ਤੇ ਦੋਸਤੋ ਵੀਡੀਓ ਅੱਛੀ ਲੱਗੀਏ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਬਿਹਤਰੀਨ ਜੁਕਮੈਂਟਸ ਲੈ ਕੇ ਭੇਜੋ ਤੇ ਜਿਹੜੇ ਮੇਰੇ ਦੋਸਤੋ ਨੇ ਹਾਲੇ ਤੱਕ ਵੀ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਕੇ ਰਿਕੁਐਸਟ ਹੈ ਕਿ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਨੂੰ ਕਰੋ ਓਕੇ ਤਾਂ ਕਿ ਸਾਡੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੁਸੀਂ ਉਹ ਵੀਡੀਓ ਵੇਖੋ ਸਭ ਤੋਂ ਪਹਿਲੇ ਦੋਸਤੋ ਤੁਹਾਂ ਕਾ ਆਪਣਾ ਕੰਮ ਬਿਲਕੁਲ オリジナル ਅਲਾ ਦਾ ਸ਼ੁਕਰ ਹੈ ਬਿਲਕੁਲ ਇੱਕ ਨੰਬਰ ਆਪਣਾ ਚੈਨਲ ਤੇ ਵੀਡੀਓ ਫੇਕ ਨਹੀਂ ਹੁੰਦੀ ਇਹ ਆਪਣੀ ਗਾਰੰਟੀ ਹੁੰਦੀ ਹੈ ਤੁਸੀਂ ਮੇਰੇ WhatsApp ਨੰਬਰ ਤੇ ਕਾਲ ਤੋਂ ਇਲਾਵਾ ਵਾਇਸ ਮੈਸੇਜ ਕਰੋਗੇ ਚੈਟ ਕਰੋਗੇ ਤੁਹਾਨੂੰ ਫੌਰਨ ਹੁੰਦੀ ਰਿਪਲਾਈ ਮਿਲੇਗੀ ਇਨਸ਼ਾ ਅੱਲਾ ਬਸ਼ਰਤ ਜ਼ਿੰਦਗੀ ਬਾਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼